ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਇੱਕ ਛੋਟੀ ਜੀ ਵੀਡੀਓ ਤੁਹਾਨੂੰ ਦਿਖਾਉਣੀ ਹੈ ਪਿੰਡ ਮਿੱਡੂਮਾਨ ਮਿੱਡੂਮਾਨ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਤੇ ਫਰੀਦਕੋਟ ਤੋਂ ਸਾਦਕਾਲੀ ਸੜਕ ਦੇ ਉੱਤੇ ਇਹ ਪਿੰਡ ਆਉਂਦਾ ਨਾਲ ਹੀ ਪਿੰਡੇ ਦੇ ਮਹਿਮੂ ਆਣਾ ਸਰਪੰਚ ਬਲਦੇਵ ਸਿੰਘ ਦੋਸਤੋ ਜਿੰਨਾਂ ਕੋਲੋਂ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਤੇ ਮੈਂ ਇਸ ਵੀਡੀਓ 'ਚ ਸਿਰਫ ਤੁਹਾਨੂੰ ਜਰਸੀ ਨਸਲ ਦੀਆਂ ਦੋ گاਵਾ ਤੇ ਇਹਨਾਂ گاਵਾਵਾਂ ਦੀਆਂ ਅੱਗੇ ਦੋ ਵੱਛੀਆਂ ਜਿਹੜੀਆਂ ਚਾਰ ਨਾਗੀ ਦਿਖਾਉਣੇ ਆ ਚੌਕੀਆ ਵੀਡੀਓ ਆ ਦੱਸੋ ਸਿਰਫ ਤੁਹਾਨੂੰ ਦਿਖਾਉਣਾ ਵੀ ਜੇ ਆਪਾਂ ਨਸਲ ਸੁਧਾਰ ਦੀ ਗੱਲ ਕਰਦੇ ਆ ਤਾਂ ਜੋ ਚੰਗਾ ਸੀਮੰਨ ਭਰਾਉਂਦੇ ਜਾਂਦੇ ਆ ਤਾਂ ਬਹੁਤ ਛੇਤੀ گاਵਾਂ ਦੇ ਵਿੱਚ ਤੁਸੀਂ ਨਸਲ ਸੁਧਾਰ ਜਿਹੜੀ ਉਹ ਕਰ ਸਕਦੇ ਹੁੰਨੇ ਆ ਸੋ ਆਪਾਂ ਸ਼ੁਰੂਆਤ ਕਰਾਂਗੇ ਪਹਿਲੀ ਗਾਂ ਜਿਹੜੀ ਜਰਸੀ ਨਸਲ ਦੀ ਸਰਪੰਚ ਸਾਹਿਬ ਨੇ ਖਰੀਦੀ ਸੀ ਕਿੱਥੋਂ ਖਰੀਦੀ ਉਹ ਵੀ ਆਪਾਂ ਪੁੱਛਾਂਗੇ ਤੇ ਕਿਹੜੇ ਸੀਮੰਨ ਦੀ ਉਹ ਵੀ ਡਿਟੇਲ ਆਪਾਂ ਪੁੱਛਾਂਗੇ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਦੱਸੀ ਬਈ ਆਪਣਾ ਗੁਰਕੀਰਤ ਬਾਈ ਕਿਹੜੀ ਕੰਟਰੀ ਦੇ ਸਿਟੀਜ਼ਨ ਆ ਆਪਾਂ ਕੈਦੜਾ ਅੱਛਾ ਤੇ ਵਰਤ ਤੁਹਾਡਾ ਪੰਜਾਬ ਚ ਹੀ ਹੋਇਆ ਇੱਥੇ? ਇੰਡੀਆ ਚ ਹੋਇਆ ਸੀ। ਇੰਡੀਆ ਚ ਹੋਇਆ ਸੀ। ਅੱਛਾ ਕਿੰਨਾ ਚਿਰ ਹੋ ਗਿਆ ਕੈਨੇਡਾ ਗਿਆ ਇਹਨੂੰ? ਅਮਾ 6 6 ਸਾਲ ਹੋ ਗਏ। 6 ਸਾਲ ਹੋ ਗਏ। ਅੱਛਾ ਪੰਜਾਬੀ ਫਿਰ ਇੱਥੋਂ ਸਿੱਖੀ ਕਿ ਉੱਥੇ ਸਿੱਖਦੇ ਹੋ? ਪੰਜਾਬੀ ਤਾਂ ਮੈਂ ਸ਼ੁਰੂ ਤੋਂ ਹੀ ਬੋਲਦਾ ਸੀ। ਸ਼ੁਰੂ ਤੋਂ ਹੀ ਬੋਲਦੇ ਸੀ। ਅੱਛਾ ਹੁਣ ਰਹਿਣਾ ਕਿੱਥੇ ਆ ਕੈਨੇਡਾ ਦੇ ਵਿੱਚ ਹੀ ਕਿ ਪੰਜਾਬ ਨੂੰ ਜੀ ਕਰਦਾ ਉਹਨੂੰ? ਅਮਾ ਸੀਰੀਅਸਲੀ ਹੁਣ ਤਾਂ ਮੈਂ ਮੇਰਾ ਪੂਰਾ ਕੀ ਲੰਡਨ ਜਾਂਦਾ ਨਹੀਂ ਕੈਨੇਡਾ ਨਹੀਂ ਇੱਥੇ। ਅੱਛਾ ਫਿਰ ਮੈਂ ਬਾਕਸ ਪ ਜਾਵ ਰਿਹਾ ਚਲੰਡਰ ਜਾਨ ਪਿੱਛੇ ਕੀ ਰੀਜਨ ਹੈ ਮਲਟੀ ਬੈਸਟ ਸੌਕਰ ਅਕੈडमी ਆਰਸਨਲ ਫੁੱਟਬਾਲ ਅਕੈडमी ਅੱਛਾ ਕਿਹੜੀ ਟੀਮ ਆ ਅੱਛਾ ਸੌਕਰ ਖੇਡਣਾ ਆਪਾਂ ਫੁੱਟਬਾਲ ਖੇਡਣਾ ਕਰਾਂਗੇ ਹਾਂਜੀ ਠੀਕ ਹੈ ਕਿਹੜੀ ਟੀਮ ਦੇ ਵਿੱਚ ਖੇਡਣਾ ਚਾਹੁੰਦੇ ਹੋ ਤੁਸੀਂ ਆਰਸਨਲ ਕੇ ਕੰਟਰੀ ਇੰਡੀਆ ਕੰਟਰੀ ਇੰਡੀਆ ਦੇ ਵਿੱਚ ਠੀਕ ਹੈ ਅੱਛਾ ਸਿੱਖ ਹਿਸਟਰੀ ਬਾਰੇ ਕਿੰਨਾ ਕੁ ਜਾਣਦੇ ਹੋ ਬੋ ਜੰਦਾ ਮਸਾਰੀ ਗੁਰੂ ਨਾਨਕ ਤੋਂ ਪਾ ਦੇ ਸੰਤ ਜੰਦਾ ਮਸਾ ਅੱਛਾ ਸਾਰੇ ਬਾਰੇ ਜਾਣਦੇ ਹੋ ਅੱਛਾ ਆਪਾਂ ਛੋਟੀ ਵੀਡੀਓ ਬਣਾਉਣੀ ਹੈ ਤੇ ਰਣਜੀਤ ਸਿੰਘ ਜੀ ਦੀ ਆਪਾਂ ਹਿਸਟਰੀ ਦੀ ਗੱਲ ਕਰਨੀ ਹੈ ਔਰ ਰਣਜੀਤ ਸਿੰਘ ਦਾ ਰਾਜ ਜਾਣਨਾ ਹੋਵੇ ਦੱਸੋ ਮਹਾਰਾਜ ਰਣਜੀਤ ਸਿੰਘ ਦਾ ਰਾਜ ਸਟਾਰਟ ਹੋਇਆ ਸੀਗਾ 1799 ਵਿੱਚ ਉਹਨਾਂ ਦਾ ਰਾਜ ਐਂਡ ਹੋਇਆ ਸੀਗਾ 1845 ਵਿੱਚ ਹੂੰ ਚਾਰ ਪੁੱਤਰ ਸੀਗੇ ਖੜਕ ਸਿੰਘ ਨੌਨਿਆ ਸਿੰਘ ਤੁਲਪ ਸਿੰਘ ਅਤੇ ਸ਼ੇਰ ਸਿੰਘ ਠੀਕ ਹੈ ਉਹਨਾਂ ਦਾ ਰਾਜ ਉਸ ਸਮੇਂ এਸ਼ੀਆ ਦਾ ਦੂਜਾ ਸਭ ਤੋਂ ਵੱਡਾ ਰਾਜ ਸੀਗਾ। ਹੂੰ। ਉਹਨਾਂ ਦਾ ਪੰਜਾਬ, ਪਾਕਿਸਤਾਨ, ਅਫਗਾਨਿਸਤਾਨ ਅਤੇ ਤਿੱਬਤ ਤੱਕ ਸੀਗਾ। ਠੀਕ ਹੈ। ਉਸ ਸਮੇਂ ਦੁਨੀਆ ਦੇ ਸਭ ਤੋਂ ਵਧੀਆ ਰਾਜਾ ਸੀਗੇ। ਉਹਨਾਂ ਦੇ ਸਭ ਤੋਂ ਤਕੜੇ ਜਰਨੈਲ ਸੀਗੇ ਹਰੀ ਸਿੰਘ ਨਲਵਾ। ਠੀਕ ਹੈ। ਜਦ ਜਦ ਬ੍ਰਿਟਿਸ਼ ਐਂਪਾਇਰ ਨੇ ਉਹਨਾਂ ਨੂੰ ਸਿੱਖ ਐਂਗਲੋ-ਵਰ ਟੂ ਵਿੱਚ ਹਰਾਤਾ ਸੀਗਾ ਤਦ ਅਮਾ ਬ੍ਰਿਟਿਸ਼ ਉਹਨਾਂ ਦੇ ਛੋਟੇ ਪੁੱਤਰ ਦਲੀਪ ਸਿੰਘ ਨੂੰ ਇੰਗਲੈਂਡ ਲੱਗੇ ਸੀਗੇ ਅਤੇ ਫਿਰ ਉਹਨੂੰ 크੍ਰਿਸਚਨ ਰਿਲੀਜੀਅਨ ਵਿੱਚ ਕਨਵਰਟ ਕਰਾ ਲਾ ਫੀਕਾ ਦਲੀਪ ਸਿੰਘ ਨੇ ਟਰਾਈ ਕੀਤੀ ਸੀਗੀ ਪੰਜਾਬ ਰਾਜ ਫੇਰ ਬਣਾਉਣ ਦੀ ਪਰ ਉਹ ਨਾਕਾਮਯਾਬ ਰਹਿ ਗਿਆ ਠੀਕ ਹੈ ਸੋ ਦੋਸੋ ਇਹ ਮੈਂ ਇਸ ਕਰਕੇ ਤੁਹਾਨੂੰ ਦਿਖਾ ਰਿਹਾ ਵੀ ਜੇ ਅਸੀਂ ਪੰਜਾਬ ਬਚਾਉਣ ਦੀਆਂ ਗੱਲਾਂ ਕਰਦੇ ਆ ਨਾ ਤਾਂ ਇਹ ਬੱਚਾ ਹਾਲਾਂਕਿ ਕੈਨੇਡਾ ਦਾ ਸਿਟੀਜ਼ਨ ਹੈ ਤੁਹਾਨੂੰ ਬੋਲਣ ਦੇ ਅੰਦਾਜ਼ ਤੋਂ ਵੀ ਲੱਗਦਾ ਹੋਣਾ ਪਰ ਸਿੱਖ ਹਿਸਟਰੀ ਜਿਹੜੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਭਗਤ ਸਿੰਘ ਤੱਕ ਦੀ ਸਾਰੀ ਹਿਸਟਰੀ ਇਹ ਬੱਚੇ ਨੂੰ ਜਵਾਨੀ ਯਾਦ ਹੈ ਕਿੰਡੀ ਵਧੀਆ ਗੱਲ ਹੈ ਵੀ ਇਹ ਬੱਚਾ ਬਾਹਰ ਰਹਿ ਕੇ ਵੀ ਸਾਡੇ ਪੰਜਾਬ ਨਾਲ ਜੁੜਿਆ ਹੋਇਆ ਹੈ ਪੰਜਾਬੀ ਦੇ ਵਿੱਚ ਸਾਰੀ ਹਿਸਟਰੀ ਜਿਹੜੀ ਉਹ ਜਾਣਦਾ ਸਰਪੰਚ ਸਾਹਿਬ ਦੇ ਇਹ ਦੋਸਤੋ ਪੋਤਾ ਹੈ ਸਰਪੰਚ ਸਾਹਿਬ ਦੇ ਵੱਡੇ ਬੇਟੇ ਦਾ ਅੱਗੇ ਇਹ ਲੜਕਾ ਇਸ ਦੇ ਨਾਲ ਤੁਹਾਨੂੰ ਮਿਲਾਉਣਾ ਜ਼ਰੂਰੀ ਸੀ ਸਰਪੰਚ ਸਾਹਿਬ ਆਪਾਂ ਛੋਟ ਵੀਡੀਓ ਬਣਾਉਣੀ ਹੈ ਤੇ ਜਿਹੜੀ ਇਹ ਜਰਸੀ ਆਪਾਂ ਕਿੱਥੋਂ ਖਰੀਦੀ ਸੀ ਆਪਾਂ ਜੀ ਰਾਜਿਆਣੇ ਪਿੰਡ ਤੋਂ ਜਗਤਾਰ ਤੋਂ ਜੀ ਠੀਕ ਹੈ ਅੱਛਾ ਇਹ ਉਦੋਂ ਜਦੋਂ ਖਰੀਦੀ ਸੀ ਉਦੋਂ ਇਹ ਕਿਸੇ ਕੰਪੀਟੀਸ਼ਨ 'ਚ ਗਈ ਸੀ ਇਹ ਪੀਡੀਐਫ ਉਹ ਗਈ ਸੀ ਜੀ ਮੇਲੇ ਤੇ ਉੱਥੇ ਇਹਨੇ ਦੂਜਾ ਸਥਾਨ ਪੰਕਾ ਹਾਸਲ ਕੀਤਾ ਸੀ ਠੀਕ ਹੈ ਅੱਛਾ ਕਿਹੜੇ ਸੀ ਮੰਦੀ ਦੱਸਿਆ ਸੀ ਇਹ 40 138 ਜੀ 40 138 ਦੀ ਅ ਦੁੱਧ ਦੀ ਗੱਲ ਕਰੀਏ ਤਾਂ ਹੁਣ ਆਪਾਂ 30 ਕਿਲੋ ਵਾਂਗੂ ਲਗਭਗ ਇਹਦਾ ਹੋ ਜਾਣਾ ਸੁਭਾ 15 ਕਿਲੋ ਇਹਨੇ ਦੇਤਾ ਸੀ ਇਹ ਬਾਈ ਜਗਜੀਤ ਤੈਨੂੰ ਸਹੀ ਦੱਸਾਂ ਵੀ ਐਤਕੀ ਅਸੀਂ ਜਿਹੜੀ ਇਹਦਾ ਜਦੋਂ ਚੋਈ ਛੱਡੀ ਐ ਸਿਰਫ 25 ਦਿਨ ਪਹਿਲਾਂ ਛੱਡੀ ਸੀ ਤੇ 32 ਕਿਲੋ ਦੁੱਧ ਅਸੀਂ ਪਿਛਲੇ ਹਰ ਇਹਦਾ ਚੋਇਆ ਸੀ ਜੀ ਐਤਕੀ ਆਸਤਾ ਵਧਦੀ ਸੀ ਪਰ ਆਪਾਂ ਛੱਡਣ 'ਚ ਹੀ ਲੇਟ ਹੋ ਗਿਆ ਨਾ ਲੇਟ ਹੋ ਗਏ ਤੇ ਫਿਰ ਉਹ ਉਹ ਨਛੇਤ ਚ ਕਮਜ਼ੋਰ ਰਹਿ ਗਈ ਉਹ ਨਹੀਂ ਸਭ ਤੋਂ ਪਿਆਰ ਨਹੀਂ ਹੋਈ ਫਿਰ ਜਦੋਂ ਦੁੱਧੋ ਹੀ ਲੇਟ ਛੱਡੀ ਗਈ ਸਹੀ ਐ ਵੀਰ ਖੋਲੀ ਨੂੰ ਤੋਰੀ ਸੋ ਦਸੋ ਤੀਜਾ ਸੂਹਾ ਸੂਈ ਐ 40138 ਦੀ ਹੈ ਇਸ ਟਾਈਮ 30 ਕਿਲੋ ਦੁੱਧ ਤੇ ਚੱਲਦੀ ਹੈ ਪਿਛਲੇ ਸੂਏ 32 ਕਿਲੋ ਦੁੱਧ ਸੀ ਤੇ ਇਹ ਸਚਾਈ ਹੈ ਵੀ ਸਰਪੰਚ ਸਾਹਿਬ ਨੂੰ ਅਸੀਂ ਵੀ ਗਾਈਡ ਕੀਤਾ ਸੀ ਵੀ ਆਪਾਂ ਗਾਂ ਨੂੰ ਤੁਸੀਂ ਦੁੱਧ ਲੰਬਾ ਟਾਈਮ ਚੋ ਰਹੇ ਆਂ ਪਰ ਇਹ ਇਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਵੀ ਇਹਨੂੰ ਡਰਾਈ ਕਿਵੇਂ ਕੀਤਾ ਜਾਵੇ ਸੋ ਇਦਾਂ ਦੀ ਇਹ ਗਾਂ ਦਸੋ ਐਤ ਕੀ ਤੀਜਾ ਸੂਆ ਸੂਈ 40138 ਦੀ ਹੈ ਰਾਜਿਆਣੇ ਦੇ ਵਿੱਚ ਜਗਤਾਰ ਸਿੰਘ ਵੀਰ ਜਿਨ੍ਹਾਂ ਦੀਆਂ گاਵਾ ਹਰੇਕ ਵਾਰ ਉਹ ਪੀਡੀਐਫ ਮੇਲੇ ਤੇ ਜਾਂਦੇ ਆ ਤੇ ਕੋਈ ਨਾ ਕੋਈ ਨਾਮ ਜਰੂਰ ਹਾਸਲ ਕਰਦੇ ਆ ਇਸ ਵਾਰ ਕੋਈ ਫੈਮਿਲੀ ਫੰਕਸ਼ਨ ਸੀ ਜਿਹਦੇ ਕਰਕੇ ਮੇਲੇ ਚੋਂ ਪਾਰਟਿਸਿਪੇਟ ਨਹੀਂ ਉਸ ਵੀਰ ਨੇ ਕੀਤਾ ਪਰ ਪਿਛਲੇ ਮੇਲੇ ਚ ਵੀ ਉਹਦੀ ਗਾਂ ਜਿਹੜੀ ਉਹਨੇ ਪੋਜੀਸ਼ਨ ਹਾਸਲ ਕੀਤੀ ਸੀ ਸੋ ਤੀਜਾ ਸੁਆ ਸੁਈ ਗਾਂ ਦੇਖੋ ਨਸਲ ਸੁਧਾਰ ਦੀ ਜਦੋਂ ਗੱਲ ਕਰਦੇ ਆ ਦੱਸੋ ਹਾਲਾਂਕਿ 40138 ਬੁੱਲ ਬਹੁਤ ਚੰਗਾ ਹੈ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੈ ਪਰ ਇਹਦੂ ਅੱਗੇ ਜਦੋਂ ਪੀਡੀਐਫ ਦੇ ਜਾਰਡ ਬੁੱਲ ਦਾ ਸੀਮਣੇ ਦੇ ਲਾਇਆ ਤਾਂ ਇਹਨੇ ਇਹ ਬੱਚੀ ਨੂੰ ਜਨਮ ਦਿੱਤਾ ਸਰਪੰਚ ਸਾਹਿਬ ਤੋਂ ਥੋੜੀ ਜਾਣਕਾਰੀ ਲਵਾਂਗੇ ਪਰ ਆਰਡਰ ਦੀ ਬਣਾਵਟ ਦੇਖ ਲਓ ਮਾਣ ਨਾਲੋਂ ਜ਼ਿਆਦਾ ਸੁਧਰ ਗਈ ਇਹ ਇੰਪਰੂਵਮੈਂਟ ਤੁਹਾਨੂੰ ਨਜ਼ਰ ਆਊਗੀ ਇਸ ਬੱਚੀ ਦੇ ਵਿੱਚ ਤੇ ਇਹਦੀ ਵੀ ਆਪਾਂ ਡਿਟੇਲ ਥੋੜੀ ਸਰਪੰਚ ਸਾਹਿਬ ਤੋਂ ਪੁੱਛਦੇ ਹਾਂ ਸਰਪੰਚ ਸਾਹਿਬ ਇਹ ਉਸੇ ਗਾਂ ਦੀ ਵਾਰਡ ਹੈ ਹਨਾ ਹਾਂਜੀ ਉਸੇ ਦੀ ਉਹਦੇ ਪਹਿਲੇ ਸੂਏ ਦੀ ਪਹਿਲੇ ਸੂਏ ਦੀ ਹਾਂਜੀ ਘਰਾਂ ਕਿ ਸੂਈ ਸੀ ਠੀਕ ਹੈ ਅੱਛਾ ਇਹ ਕਿਹੜੇ ਸੀਮੰਦੀ ਆ ਇਹ ਇਹ ਆਪਣੇ ਪੀਡੀਐਫ ਜੀ ਚਾੜ੍ਹਦੇ ਨੇ ਠੀਕ ਹੈ ਅੱਛਾ ਸਰਪੰਚ ਸਾਹਿਬ ਇਹਦਾ ਦੁੱਧ ਪੀਕ ਲੈਵਲ ਕੀ ਰਿਹਾ ਇਹਦਾ ਜੀ ਹੁਣ ਚੱਲ ਰਹੀ ਹੈ 27 ਦੇ ਅਸਪਾਸੇ ਜੀ ਠੀਕ ਹੈ 28 ਵੀ ਹੋ ਸਕਦਾ 26 ਵੀ ਰਹਿ ਸਕਦਾ ਇੱਥੇ ਜੀ ਠੀਕ ਹੈ ਸਰਪੰਚ ਸਾਹਿਬ ਇਹਦੇ ਦੰਦੋ ਕਿਵੇਂ ਇਹ ਉਮਰ ਕਿੰਨੀ ਹੈ ਉਮਰ ਜੀ ਹੁਣ ਦੋ ਦੰਦ ਹੋਈ ਹੈ ਜੀ ਚੱਲੀ ਹੈ ਜੀ ਹੁਣ ਦੋ ਦੰਦ ਹੋਈ ਹੈ ਇਹਨਾਂ ਦੋਹਾਂ ਗਾਵਾਂ ਨੇ ਅੱਗੇ ਵੱਛੀਆਂ ਦਿੱਤੀਆਂ ਅੱਗੇ ਦੋਹਾਂ ਨੇ ਜੀ ਠੀਕ ਹੈ ਖੋਲੀ ਬਈ ਨੂੰ ਵੀ ਸੋ ਦੱਸੋ ਇਹ ਦੋ ਦੰਦ ਵੱਛੀ ਦੇਖੋ ਸਹੀ ਹੈ ਸੋ ਮੇਲੇ ਚ ਪਾਉਣੀ ਸੀ ਪਰ ਕੁਝ ਫੈਮਿਲੀ ਪ੍ਰੋਬਲਮ ਸਰਪੰਚ ਸਾਹਿਬ ਨੂੰ ਇਦਾਂ ਦੀ ਆ ਗਈ ਵੀ ਜਿਹਦੇ ਕਰਕੇ ਮੇਲੇ ਚ ਸਾ ਨਹੀਂ ਲੈ ਸਕੇ ਮਾਤਾ ਬਜ਼ੁਰਗ ਸੀ ਤੇ ਉਹ ਡਿੱਗਣ ਕਰਕੇ ਉਹਨਾਂ ਦੇ ਸੱਟ ਲੱਗ ਗਈ ਤੋ ਆਰਡਰ ਦੀ ਬਣਾਵਟ ਦੇਖੋ ਦੱਸੋ ਇਹ ਵੈਡ ਦੋ ਦੰਦ ਸੂਈ ਹੈ ਤਾਜੀ ਸੂਈ ਵੀ ਇਹਦੀ ਵੱਛੀ ਵੀ ਤੁਹਾਨੂੰ ਮੈਂ ਬਾਅਦ ਚ ਦਿਖਾਉਂਗਾ ਤੁਸੀਂ ਹਵਾਨੇ ਦੀ ਬਣਾਵਟ ਦੇਖ ਲਓ ਆਪਦੀ ਮਾਂ ਨਾਲੋਂ ਇਹਨੇ ਹਵਾਨੇ ਦੇ ਵਿੱਚ ਸੋਧ ਕੀਤੀ ਹੈ ਕਿਉਂਕਿ ਜਦੋਂ ਨਸਲ ਸੁਧਰਦੀ ਹੈ ਜਿਵੇਂ ਕੰਮ ਕਰਦੇ ਹਾਂ ਕਿਸੇ ਵੀ ਨਸਲ ਦੇ ਉੱਤੇ ਤਾਂ ਇਹ ਵੀ ਚੀਜ਼ਾਂ ਧਿਆਨ ਚ ਰੱਖਣ ਵਾਲੀਆਂ ਹੁੰਦੀਆਂ ਵੀ ਜਿਹੜੀ ਮਾਂ ਹੈ ਜਿਹੜੀ ਗਾਂ ਤੋਂ ਤੁਸੀਂ ਬਰੀਡਿੰਗ ਕਰ ਰਹੇ ਹੋ ਉਹਦੀਆਂ ਕੀ ਵੀਕ ਪੁਆਇੰਟ ਹੈ ਤੇ ਉਹਨਾਂ 'ਚ ਸੁਧਾਰ ਕਰਨਾ ਤਾਂ ਕਿਹੜਾ ਬੋਲ ਸਿਲੈਕਟ ਕੀਤਾ ਜਾਵੇ ਸੋ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਇਦਾਂ ਨਸਲ ਜਿਹੜੀ ਉਹ ਸੁਧਰਦੀ ਹੈ ਸੋ ਇਹਨਾਂ ਦੀਆਂ ਹੀ ਅੱਗੇ ਦੋ ਬੱਚੀਆਂ ਆ ਉਹ ਵੀ ਤੁਹਾਨੂੰ ਵੀਡੀਓ 'ਚ ਦਿਖਾਉਣੀਆਂ ਹੈ ਸੋ ਇਹ ਦੋ ਬੱਚੀਆਂ ਵੀ ਆ ਸਰਪੰਚ ਸਾਹਿਬ ਇਹ ਵੱਡੀ ਬੱਚੀ ਜਿਹੜੀ ਉਹ ਇਹ ਕਿਹੜੀ ਵੇਡਦੀ ਹੈ ਇਹ ਵੱਡੀ ਬੱਚੀ ਹੈਗੀ ਛੋਟੀ ਵੇਡਦੀ ਦੋ ਦੰਦਾਂ ਦੀ ਜਿਹੜੀ ਪਹਿਲੇ ਸੂਏ ਵਾਲੀ ਦੀ ਅੱਛਾ ਇਹਦਾ ਸੀਮਨ ਦੀ ਡਿਟੇਲ ਕੀ ਹੈ ਡਿਟੇਲ ਜੀ ਇੱਕ ਦਾ ਤਾਂ ਮੈਂ ਸੀਮਨ ਤਾਂ ਦੋਹਾਂ ਦਾ ਹੀ ਲਿਖਿਆ ਇੱਕ ਦਾ ਤਾਂ ਮੈਨੂੰ ਆਵਾਜ਼ ਆ ਜੀ 21035 ਦੀ ਹੈ ਜੀ ਅੱਛਾ 121035 ਦੀ ਹੈ ਤੇ ਦੂਜੀ ਤਾਂ ਡੈਰੀ ਤੇ ਵੇਖ ਕੇ ਦੱਸ ਸਕਦਾ ਜੀ ਠੀਕ ਹੈ ਕਿੰਨੀ ਉਮਰ ਹੋ ਗਈ ਹੋਣੀ ਇਹਦੀ ਸਰਪੰਚ ਸਾਹਿਬ ਇਹਦੀ ਹੋ ਗਈ ਅਨੁਮਾਨਾ ਜੀ 1.5 ਮਹੀਨਾ ਹੁਣ ਇਹਨੂੰ ਦੁੱਧ ਚੱਲਦਾ ਹੈ ਹਾਂ ਦੁੱਧ ਚੱਲਦਾ 3 ਕਿਲੋ ਪੀਜਦਾ ਜੀ ਇੱਕ ਟਾਈਮ ਦਾ ਇੱਕ ਟ ਦੇ ਦੇ ਕੋ ਚੋਂ ਵੀ ਜਿੰਨ ਠੀਕ ਹੈ ਸੋ ਦੋਸਤੋ ਆ ਦੇਖੋ ਡੇਢ ਕੁ ਮਹੀਨਾ ਉਮਰ ਹੈ ਇੱਕ ਇਹਨਾਂ ਚੋ 21035 ਦੀ ਆ ਦੂਜੀ ਦਾ ਸੀਮਨ ਡਿਟੇਲ ਸਰਪੰਚ ਸਾਹਿਬ ਕਹਿੰਦੇ ਵੀ ਲਿਖੀ ਤਾਂ ਹੈ ਪਰ ਜ਼ੁਬਾਨੀ ਨਹੀਂ ਯਾਦ ਇਹ ਪਹਿਲਣ ਵੱਛੀ ਜਿਹੜੀ ਦੋ ਦੰਦ ਦਾ ਉਹਦੀ ਅੱਗੋਂ ਵੱਛੀ ਤੇ ਇਹ ਵੱਛੀ ਜਿਹੜੀ ਦੂਜੀ ਗਾਂ ਤੋਰੀ ਸੀਗੀ ਤਿੰਨ ਤੀਜੇ ਸੂਏ ਵਾਲੀ ਉਹਨੇ ਅਰਕੀ ਫੇਰ ਵੱਛੀ ਦੇਤੀ ਹੈ ਸੋ ਦੋਨੇ ਵੜਾ ਜਿਹੜੀਆਂ ਉਹ ਦੋਸਤੋ ਅੱਗੇ ਬਰੀਡਿੰਗ ਸਰਪੰਚ ਸਾਹਿਬ ਕੋਲ ਵੱਛੀਆਂ ਹੀ ਦੇ ਰਹੀਆਂ ਕਰਮਾਲਾਂ ਤੇ ਚਾਰ ਨਾ ਕੇ ਚਾਰ ਸੀ ਦੇ ਹੋ ਗਏ ਸੋ ਇਹ ਤੁਹਾਨੂੰ ਸ਼ੌਂਕ ਹੀ ਆ ਜਿਹੜਾ ਉਹ ਦਿਖਾ ਰਹੇ ਆ ਤੇ ਵੈਸੇ ਜੇ ਆਪਾਂ ਪਸ਼ੂਆਂ ਤੇ ਨਿਗਾਹ ਮਾਰ ਕੇ ਦੱਸੋ ਤੇ ਇਹ ਵੀ ਸ਼ੌਂਕ ਆ ਸਰਪੰਚ ਸਾਹਿਬ ਨੂੰ ਦੇਸੀ ਜਿਹੜੇ ਉਹ ਸੀਲ ਕੁੱਕੜ ਜਿਹੜੇ ਲੜਾਈ ਵਾਲੇ ਹੁੰਦੇ ਸੀ ਤੇ ਇਹ ਤੋਂ ਬਿਨਾ ਸਾਹਮਣੇ ਇੱਕ ਘਟਾ ਜਿਹੜਾ ਵੇਚਣਾ ਹੈ ਗ੍ਰੇਡੇਡ ਮਾਈਜ਼ ਦਾ ਬੱਚਾ ਗ੍ਰੇਡੇਡ ਸਰਫੇਸ ਕਰਕੇ ਕਹਿੰਨੇ ਆ ਵੀ ਉਹਦੇ ਜਿਹੜਾ ਉਹ ਮਾਰਕਿੰਗ ਪ੍ਰੋਪਰ ਨਹੀਂ ਸੀ ਵੈਸੇ ਢਾਂਚਾ ਸਾਰਾ ਨੀਲੀ ਵਾਲਾ ਸੀ ਸਟਾਰ ਬੋਲ ਦਾ ਬੱਚਾ ਇਹ ਵੇਚ ਦੇਣਾ ਸਰਪੰਚ ਸਾਹਿਬ ਨੇ ਜੇ ਕੋਈ ਵੀਰ ਖਰੀਦਣਾ ਚਾਵੇ ਤਾਂ 18 ਕਿਲੋ ਤੋਂ ਬਾਹਰ ਦੋ ਵਾਰ ਆਪਾਂ ਉਸ ਮੱਝ ਦੀ ਲਾਈਵ ਮਿਲਕਿੰਗ ਕਰ ਚੁੱਕੇ ਆ ਆਪਣੇ ਚੈਨਲ ਤੇ ਤੁਸੀਂ ਇਹ ਕੱਟਾ ਖਰੀਦ ਸਕਦੇ ਹੋ ਬਾਕੀ ਪਸ਼ੂ ਸ਼ੌਂਕੀਆ ਤੁਹਾਨੂੰ ਦਿਖਾ ਦਈਏ ਆਉਣ ਵਾਲੇ ਟਾਈਮ 'ਚ ਟੋਟਲ ਫਾਰਮ ਜਿਹੜਾ ਉਹ 90% ਇਹ ਫਾਰਮ ਨੀਲੀ ਰਾਵੀ ਨਸਲ ਦਾ ਹੋਊਗਾ ਕੋਸਕ ਪਸ਼ੂ ਵਿੱਚੋਂ ਸਰਪੰਚ ਸਾਹਿਬ ਅੱਗੇ ਆਉਣ ਵਾਲੇ ਟਾਈਮ 'ਚ ਘਟਾਉਣਗੇ ਇਹਨਾਂ ਦੇ ਵਿੱਚੋਂ ਇਹ ਜੋ ਟੀ ਇਹਨਾਂ ਦੇ ਆਪ ਦੇ ਬੁੱਲ ਦੀ ਹੈ ਬਹੁਤ ਸੋਹਣਾ ਝੋਟਾ ਇਹਨਾਂ ਕੋਲ ਰਿਹਾ ਖੂਬ ਹੂ ਉਹਦੀ ਕਾਪੀ ਹੈ ਦੂਜੇ ਸੂਏ ਸੋਹਣਾ ਹੁਣ ਡਰਾਈ ਚੱਲ ਰਹੀ ਹੈ ਤੇ ਇਹ ਮੱਝ ਜੀ ਦੀ ਲਾਈਵ ਮਿਲਕਿੰਗ ਤੁਸੀਂ ਚੈਨਲ ਤੇ ਦੇਖ ਰਹੇ ਹੋ ਸੋ ਬਾਕੀ ਪਸ਼ੂ ਸ਼ੌਂਕੀਆਂ ਦਿਖਾ ਰਹੇ ਆ ਤੇ ਇਹ ਦੋਸੋ ਬਾਈ ਹੋਰੀ ਬੈਠੇ ਆ ਜਿਹੜੇ ਮਿਲਕਿੰਗ ਦੇਖਣਗੇ ਨਾਲ ਸਾਹਮਣੇ ਸਰਪੰਚ ਸਾਹਿਬ ਦੇ ਸੁਪੁੱਤਰ ਹੈ ਜਿਹੜੇ ਵੀਰ ਇਸ ਟਾਈਮ ਕੈਨੇਡਾ ਦੇ ਵਿੱਚ ਸੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ